ਇਹ ਹੁਣ ਦੇਖੋ ਕਾਲ ਕਿਵੇਂ ਖਿਲ ਖਿਲਦਾ ਇਸ ਪਰਿਵਾਰ ਵਿੱਚ। ਉਹ ਸੰਤ ਕੋਲ ਆ ਕੇ ਉਹਨੇ ਦੁੱਖ ਦੱਸਦਾ ਕਲੇਸ਼ ਕਰਦਾ, ਉਹਨਾਂ ਦਾ ਬਹੁਤ ਮਾੜਾ ਹੋਇਆ। ਚੰਗਾ ਤਾਂ ਆਖਣਾ ਹੀ ਨਹੀਂ ਸੰਤਾਂ ਨੇ, ਕਿਉਂਕਿ ਉਹਨਾਂ ਨੂੰ ਫਿਰ ਪੁੱਛੇ ਕੌਣ, ਉਹਨਾਂ ਦੱਸੋ ਜੀ ਆਹ ਕਲੇਸ਼। ਉਹਨੇ ਤੁਹਾਨੂੰ ਤਾਂ ਕਿਸੇ ਤੋਂ ਈਦ ਪਵਾ ਦਿੱਤੇ, ਮਸਾਨੀ ਤੁਹਾਡੇ ਕਰ ਦਿੱਤੇ, ਤੰਤਰ ਵਿੱਦਿਆ ਕਰ ਦਿੱਤੀ, ਉਹਦੇ ਦੇ ਕਿਵੇਂ ਹੋਏਗੀ? ਉਹਦੇ ਲਈ ਇਸ ਤਰ੍ਹਾਂ ਕਰੋ ਵੀ ਇਹ ਤਾਂ ਜੇ ਹੋਮ ਕਰਨਾ ਪਏਗਾ, ਇੰਨਾ ਖਰਚ ਲੱਗੇਗਾ, ਚਲੀ ਜਾਏਗੀ। ਇਹ ਵੀ ਸੰਤ ਨੂੰ ਪਤਾ ਨਹੀਂ ਕਿ ਮਸਾਨੀ ਕਿਹਨੂੰ ਕਹਿੰਦੇ ਨੇ, ਜਿਵੇਂ ਆਹ ਗੁਰਮੁਖ ਸਾਹਨੇ ਵਾਲੇ ਆਏ ਨੇ, ਇਹਨਾਂ ਨੂੰ ਮਸਾਨੀ ਖਵਾਈ ਗਈ ਸੀ। ਸੰਗਤ ਉੱਥੇ 8 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 1 ਘੰਟਾ 8-9 ਵਜੇ ਤੱਕ ਰਾਤ ਨੂੰ ਕਰਦੇ ਸੀ ਸਿਮਰਨ, ਸਵੇਰੇ ਤੜਕੇ ਉੱਠ ਕੇ ਫਿਰ ਕਰਦੇ ਸੀ ਗੁਰਦੁਆਰਾ ਜਾ ਕੇ। ਤੇ ਇੱਕ ਸੰਤ ਨੂੰ ਚਿੜ ਚੜ ਗਈ, ਉਹਨੇ ਕੋਈ ਸਿਵੇ ਵਿੱਚ ਜਾ ਕੇ ਕਾਲਾ ਇਲਮ ਪੜਿਆ ਹੋਇਆ ਸੀ, ਸਿੱਖਿਆ ਹੋਇਆ ਸੀ, ਉਹ ਦੱਸਣ ਵੀ ਉਹ ਬੜੇ ਚਾਅ ਨਾਲ ਬੜੇ ਸ਼ਰਧਾ ਦੇ ਨਾਲ ਚੋਲਾ ਪਾਇਆ ਹੋਇਆ ਸੀ। ਆਂਦਾ ਜੀ ਮੇਰੀ ਇੱਛਾ ਹੈ ਤੁਸੀਂ ਬੜੇ ਗੁਰਮੁਖ ਹੋ, ਬੜੀ ਭਗਤੀ ਕਰਦੇ ਹੋ, ਜਿਵੇਂ ਆਪਾਂ ਹੁਣ ਸਵੇਰੇ ਤੜਕੇ ਉੱਠ ਪਏ ਨੇ, ਤੇ ਜੇ ਤੁਸੀਂ ਦੁੱਧ ਮੇਰਾ ਬਣਿਆ ਪੀ ਲਓ ਤਾਂ ਉਹਦੇ ਤੇਰੀ ਇੱਛਾ ਹੈ। ਦੁੱਧ ਵਿੱਚ ਉਹਨੇ ਉਹ ਜਿਹੜਾ ਕਰਨਾ ਸੀ ਆਪਦਾ ਤਵੀਤ ਲਿਖਣੇ ਸੀ, ਜੋ ਆਪਦੀ ਵਿਦਿਆ ਜਾਣਦਾ ਸੀ, ਘੋਲ ਘੋਲ ਕੇ ਸਾਰਿਆਂ ਨੂੰ ਪਿਆ ਦਿੱਤੇ ਵੀ ਵੇਖਾਂਗੇ ਸਵੇਰੇ ਆਉਂਦੇ ਨੇ ਕਿ ਨਹੀਂ। ਸਵੇਰੇ ਫਿਰ ਗੁਰਮੁਖ ਆ ਗਏ, ਫਿਰ ਉਹਦੇ ਮਨ ਤੇ ਬਹੁਤ ਅਸਰ ਮਾੜਾ ਹੋਇਆ ਵੀ ਇਹ ਅਸਰ ਨੀ ਮੇਰੀ ਚੀਜ਼ ਨੇ ਕੀਤਾ। ਉਹ ਸਿਵਿਆਂ ਵਿੱਚ ਜਾ ਕੇ ਹੱਡੀਆਂ ਲਾਇਆ ਤੇ ਪੀ ਕੇ ਨਾ ਅਗਲੇ ਨੇ ਫਿਰ ਬੇਨਤੀ ਕਰ ਲਈ ਜੇ ਆਖੋ ਤਾਂ ਮੈਂ ਖੀਰ ਬਣਾ ਦਿਆਂ ਤੁਹਾਨੂੰ, ਉਹਦੇ ਬਣਾ ਦਿਓ। ਉਹ ਖੀਰ ਵਿੱਚ ਉਹ ਮਸਾਨੀ ਖਵਾ ਦਿੱਤੀ। ਹੁਣ ਤੁਸੀਂ ਸਮਝਦੇ ਹੋ ਵੀ ਹੱਡੀਆਂ ਕੈਲਸ਼ੀਅਮ ਹੀ ਹੁੰਦੀ, ਜੇ ਘਾਟ ਹੋਵੇ ਪੂਰੀ ਕਰਦੇ, ਨੁਕਸਾਨ ਤਾਂ ਕਰਦੀਆਂ ਨੇ। ਅੱਛਾ, ਉਹਨਾਂ ਖੀਰ ਵਿੱਚ ਉਹ ਖਵਾ ਦਿੱਤੀ। ਅਗਲੇ ਦਿਨ ਫਿਰ ਉਹ ਆ ਗਏ, ਉਹਦੇ ਮਨ ਵਿਚ ਵਹਿਮ ਪੈ ਗਿਆ, ਕਿਸੇ ਸਿਆਣੇ ਦੱਸਿਆ ਹੋਇਆ ਸੀ ਉਹਨੂੰ ਵੀ ਜੇ ਅਗਲੇ ਦਿਨ ਅਸਰ ਕਰੇ ਤੇ ਉਲਟਾ ਅਸਰ ਕਰ ਜਾਂਦੀ ਹੈ। ਫਿਰ ਉਹਨਾਂ ਦੇ ਕੋਲ ਚਲਾ ਗਿਆ, ਰੋਈ ਜਾਏ ਮੈਨੂੰ ਬਖਸ਼ਿਓ, ਉਹਦੇ ਨੇ ਕੀ ਬਖਸ਼ੀਏ ਤੈਨੂੰ, ਠੀਕ ਹੈ ਤੂੰ। ਫਿਰ ਉਹਨੇ ਆਪਦਾ ਰਾਜ ਦੱਸਿਆ ਕਿ ਮੈਂ ਤੁਹਾਨੂੰ ਤਵੀਤ ਪਾਈ ਸੀ, ਕੋਈ ਅਸਰ ਨਹੀਂ ਹੋਇਆ, ਮਸਾਨੀ ਖਵਾਈ ਸੀ ਕੋਈ ਅਸਰ ਨਹੀਂ ਹੋਇਆ, ਵੀ ਮੇਰੇ ਪਰਿਵਾਰ ਤੇ ਉਲਟੀ ਨਾ ਪੈ ਜੇ, ਤੇ ਇਸ ਕਰਕੇ ਤੁਸੀਂ ਸਾਡੇ ਘਰ ਜਾ ਕੇ ਸਿਮਰਨ ਭਗਤੀ ਕਰੋ। ਉਹ ਜਿਹੜੇ ਇੰਨੀ ਗੱਲ, ਇਹਨਾਂ ਨੂੰ ਪਤਾ ਨਹੀਂ ਵੀ ਇਹ ਇੰਨਾ ਕੋਈ ਕਾਗਜ਼ ਤੇ ਲਿਖਿਆ ਹੋਇਆ ਸ਼ਾਹੀ ਦੇ ਕੀ ਗਵਾ ਸਕਦੀ ਕਿਸੇ ਦੇ, ਸਿਰਫ ਵਹਿਮ ਭਰਮ। ਉਹ ਹੱਡੀਆਂ ਪੇਸ਼ੀਆਂ ਕੀ ਕਿਸੇ ਦਾ ਗਵਾ ਸਨ, ਕੁਝ ਨਹੀਂ। ਤੰਤਰ ਵਿਦਿਆ, ਲਾਚੀ, ਲੌਂਗ, ਹੋਰ ਤਿੰਨ ਇੱਕ ਅੱਧੀ ਚੀਜ਼ ਪਾ ਦਿੰਦੇ ਹਾਂ, ਤੇ ਉਹ ਲਾਚੀ ਆਪਾਂ ਰੋਜ਼ ਖਾ ਲੈਂਦੇ, ਲੌਂਗ ਚਾਹ ਵੀ ਪਾ ਲੈਂਦੇ, ਤੇ ਕੀ ਫਰਕ ਪੈ ਗਿਆ। ਇਹ ਹੈ ਕਿ ਭਰਮ ਵੀ ਸਾਨੂੰ ਉਹਨੇ ਤਵੀਤ ਕਰ ਦਿੱਤੇ, ਕਿਉਂ ਸਾਡਾ ਮਨ ਕਮਜ਼ੋਰ ਵਹਿਮੀ ਹੋ ਚੁੱਕਾ ਹੈ, ਜਿਸ ਕਰਕੇ ਦੂਜੇ ਦੀ ਗੱਲ ਮੰਨ ਲੈਂਦੇ ਹਾਂ।